ਮਕਸਦ ਸਿਰਫ ਇੱਥੇ ਦਾ ਨਹੀਂ, ਜਿਹੜੇ ਮਕਸਦ ਨਾਲ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਜੀ ਦੀ ਰਹਿਨਮਾਈ ਦੇ ਵਿੱਚ ਕਾਂਗਰਸ ਦੀ ਸਰਕਾਰ ਨੂੰ ਦੋ ਤਿਹਾਈ ਬਹੁਮਤ ਦਿੱਤਾ ਸੀਗਾ, ਡਿਵੈਲਪਮੈਂਟ ਵਾਸਤੇ ਦਿੱਤਾ ਸੀ, ਕੰਮਾਂ ਵਾਸਤੇ ਦਿੱਤਾ ਸੀ, ਉਸ ਕੰਮ ਦਾ ਜਿਹੜਾ ਸਿਲਸਿਲਾ ਚਾਲੂ ਹੋਇਆ ਉਹਨੂੰ ਲੈ ਕੇ ਅੱਜ ਬਟਾਲੇ ਸ਼ਹਿਰ ਦਾ ਜਿਹੜਾ ਬੜੀ ਭਾਰੀ ਸਮੱਸਿਆ ਇੱਥੇ ਹੈਗੀ ਲੋਕਾਂ ਨੂੰ, ਬਸ਼ਿੰਦਿਆਂ ਨੂੰ, ਉਹਨੂੰ ਦੂਰ ਕਰਨ ਵਾਸਤੇ ਜਿਹੜੇ ਉਪਰਾਲੇ ਚੱਲ ਰਹੇ ਆ ਉਹਨਾਂ ਦੇ ਵਾਸਤੇ ਚਾਹੀਦੇ ਜੀ। ਕੋਈ ਵੀ ਦੇਖੋ ਮਲਬਾ ਦਾ ਜਿੱਥੇ ਭਰਿਆ ਜਾਣਾ ਉਹ ਤਾਂ ਜਿੱਥੇ ਕਿਤੇ ਟੈਕਨੀਕਲੀ ਪੋਸੀਬਲ ਹੈ ਉਸ ਮਲਬੇ ਨੂੰ ਇਸਤੇਮਾਲ ਕਰਨਾ ਕੀਤਾ ਜਾਊਗਾ, ਬਟ ਅਗਰ ਕਿਤੇ ਨੋਰਮਸ ਤੋਂ ਬਾਹਰ ਜਾ ਰਹੇ, ਬਿਲਕੁਲ ਮੇਰੀ ਅਪੀਲ ਤਾਂ ਬਟਾਲੇ ਦੇ ਨਾਗਰਿਕਾਂ ਨੂੰ, ਸਾਰੀ NGO ਸੰਸਥਾਵਾਂ ਨੂੰ ਹੈ ਵੀ ਨਿਗਾਹ ਕਰਨ। ਸਰਕਾਰੀ ਪੈਸਾ ਐਵੇਂ ਨਹੀਂ ਲੁੱਟ ਦਾ ਮਾਲ, ਅਕਾਲੀਆਂ ਦਾ ਰਾਜ ਨਹੀਂ, ਲੋਕਾਂ ਦਾ ਪੈਸਾ ਲੋਕਾਂ ਵਾਸਤੇ ਲੱਗੇ, ਉਹਦੇ 'ਤੇ ਨਿਗਾਹ ਕੀਤੀ ਜਾਵੇ। ਕਿਸੇ ਕਿਸਮ ਦੀ ਗੜਬੜ ਨਾ ਅਸੀਂ ਟੋਲਰੇਟ ਕਰਾਂਗੇ, ਨਾ ਕਿਸੇ ਨੂੰ ਇਸ ਕਿਸਮ ਦੀ ਗੜਬੜ ਕਰਨ ਦਿਆਂਗੇ। ਮੈਂ ਸਮਝਦਾ ਵੀ ਕਾਂਗਰਸ ਸਰਕਾਰ ਨੇ ਜੋ ਜੋ ਵਾਅਦੇ ਕੀਤੇ ਸਭ, ਸਮਾਂ ਲੱਗਦਾ ਹੈ ਜੇ ਅਸੀਂ ਮੋਦੀ ਸਾਹਿਬ ਵਾਂਗੂ ਐਵੇਂ ਹਥੇਲੀ 'ਤੇ ਸਰਸੋਂ ਜਮਾਣੀ ਹੋਵੇ ਵੀ ਅੱਛੇ ਦਿਨ ਆਏਗੇ ਤਾਂ ਫਿਰ ਮੋਬਾਈਲ ਵੀ ਆ ਗਏ। ਕੰਮ ਤਾਂ ਪੈਸੇ ਦਾ ਕੰਮ ਪੈਸੇ ਨਾਲ ਹੋਣਾ, ਟੈਂਡਰ ਲੱਗ ਚੁੱਕੇ ਆ, ਮੋਬਾਈਲ ਵੀ ਆ ਜਾਣਗੇ ਸਾਹਿਬ। ਜਿਹੜੇ ਕਰਜ਼ਾ ਮਾਫ਼ੀ ਦਾ ਕਿਹਾ ਸੀ, ਕਰਜ਼ਾ ਮਾਫ਼ੀ ਵੀ ਚੱਲ ਰਿਹਾ, ਡਿਵੈਲਪਮੈਂਟ ਦਾ ਕਿਹਾ ਸੀ, ਡਿਵੈਲਪਮੈਂਟ ਦਾ ਕੰਮ ਚੱਲ ਰਿਹਾ, ਸੜਕ ਦੀ ਗੱਲ ਕੀਤੀ ਆ, ਮੇਰੇ ਖਿਆਲ 'ਚ ਇੱਥੇ ਮਲਬਿਆਂ ਤੁਸੀਂ ਦੇਖ ਰਹੇ ਹੋ ਸੀਮਿੰਟ ਦੀ ਸੜਕ ਬਣ ਰਹੀ ਹੈ। ਸੋ ਆਈ ਥਿੰਕ ਸਰਕਾਰ ਜਿਹੜਾ ਹੈ ਆਪਣੇ ਤਰੀਕੇ ਨਾਲ ਕੰਮ ਕਰ ਰਹੀ ਹੈ। ਲੋਕ 10 ਸਾਲਾਂ ਤੋਂ ਇਸ ਨਰਕ 'ਚ ਰਹਿ ਰਹੇ ਸੀਗੇ, ਉਹਨਾਂ ਦੀ ਵੀ ਪਰੇਸ਼ਾਨੀਆਂ ਸਮਝਦੇ, ਉਹਨਾਂ ਵਾਸਤੇ ਇੱਕ ਇੱਕ ਦਿਨ ਭਾਰੀ ਹੈ, ਪਰ ਸਮਾਂ ਜਿਹੜਾ ਲੱਗ ਰਿਹਾ ਜਿੰਨਾ ਕੁ ਅਸੀਂ ਕੋਸ਼ਿਸ਼ ਕਰਕੇ ਛੇਤੀ ਤੋਂ ਛੇਤੀ ਸਾਰੇ ਕੰਮ ਕਰਵਾਉਣ ਦਾ ਪ੍ਰਯਾਸ। ਦੇਖੋ ਸਭ ਤੋਂ ਵੱਡੀ ਗੱਲ ਹੈ, ਨਵਜੋਤ ਸਿੰਘ ਸਿੱਧੂ ਅਕਾਲੀਆਂ ਨੂੰ ਅਤੇ BJP ਨੂੰ, ਇੱਥੇ ਇਕੱਲੇ ਇੱਥੇ ਵਾਲੇ ਪੰਜਾਬ ਵਾਲਿਆਂ ਨੂੰ ਨਹੀਂ, ਮੋਦੀ ਸਾਹਿਬ ਨੂੰ ਇੱਕ ਹਵਾ ਲੱਗਦਾ। ਕਹਿੰਦਾ ਜਿਵੇਂ ਉਹ ਗੱਬਰ ਸਿੰਘ ਨੂੰ ਕਹਿੰਦੇ ਸੀ, ਨਾ ਸੋ ਜਾ ਨਹੀਂ ਤਾਂ ਗੱਬਰ ਸਿੰਘ ਆ ਜਾਏਗਾ, ਉਹਨਾਂ ਨੂੰ ਐਂ ਲੱਗਦਾ ਵੀ ਤੁਸੀਂ ਨਵਜੋਤ ਸਿੱਧੂ ਆ ਜਾਏਗਾ। ਸਾਰੇ ਲੋਕ ਨਵਜੋਤ ਸਿੱਧੂ ਦੇ ਪਏ, ਉਹਦੀ ਭਾਵਨਾ ਦੀ ਦੇਖੋ, ਉਹਦੀ ਭਾਵਨਾ ਮੈਂ ਸਮਝਦਾ ਵੀ ਹਰੇਕ ਹਿੰਦੁਸਤਾਨੀ, ਅੱਜ ਜਿਹੜੇ ਸਾਡੇ ਫੌਜੀਆਂ ਨਾਲ ਉੱਥੇ ਹੋਇਆ, ਪਹਿਲਾਂ 40 ਸ਼ਹੀਦ ਹੋਏ, ਜੇ ਕੱਲ੍ਹ ਕਿਸੇ ਵੀ ਇੱਕ ਫੌਜੀ ਵੀ ਸਾਡਾ ਸ਼ਹੀਦ ਹੁੰਦਾ, ਉਹਦੇ ਵਾਸਤੇ ਸਾਡੀ ਸਾਰਿਆਂ ਦੀ ਭਾਵਨਾਵਾਂ ਹੈ। ਆਹ ਜਿਹੜਾ ਫੈਸਲਾ ਹੈ ਕਾਂਗਰਸ ਹਾਈਕਮਾਂਡ ਨੇ, ਨਾ ਸੁਨੀਲ ਜਾਖੜ ਦੇ ਕਹਿਣ ਨਾਲ ਹੋਣਾ, ਨਾ ਨਵਜੋਤ ਸਿੱਧੂ ਦੇ ਨਾਲ ਕਹਿਣ ਹੋਣਾ, ਪਰ ਰਾਹੁਲ ਗਾਂਧੀ ਜੀ ਨੇ ਦੇਤਾ ਵੀ ਅਸੀਂ ਸਾਰੇ ਅਖਤਿਆਰ, ਸਾਡੀ ਹਿੰਦੁਸਤਾਨ ਦੀ ਸਰਕਾਰ ਮੋਦੀ ਸਾਹਿਬ ਦੇ ਨਾਲ ਸਾਡੇ ਰਾਜਨੀਤਿਕ ਵਿਰੋਧ ਹੈ, ਪਰ ਕਿਉਂਕਿ ਉਹ ਇਕੱਲੇ BJP ਦੇ ਪ੍ਰਧਾਨ ਮੰਤਰੀ ਨਹੀਂ, ਦੇਸ਼ ਦੇ ਪ੍ਰਧਾਨ ਮੰਤਰੀ ਹੈ, ਦੇਸ਼ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖ ਕੇ ਜੋ ਵੀ ਫੈਸਲਾ ਲੈਣਗੇ ਅਸੀਂ ਨਾਲ ਖੜੇ ਹਾਂ। ਪਰ ਇੱਕ ਗੱਲ ਹੈ, ਮੈਂ ਆਪਣੇ ਤੌਰ 'ਤੇ, ਰਾਹੁਲ ਗਾਂਧੀ ਜੀ ਨਹੀਂ ਕਿਹਾ ਪਰ ਮੈਂ ਕਹਿ ਰਿਹਾ, ਦੇਸ਼ ਦੀ ਸੁਰੱਖਿਆ ਨੂੰ ਸਾਹਮਣੇ ਰੱਖ ਕੇ ਫੈਸਲਾ ਲੈਣ, ਆਪਣੀ ਕੁਰਸੀ ਬਚਾਉਣ ਦਾ ਕੋਈ ਫੈਸਲਾ ਨਾ ਲੈਣ। ਮੈਂ ਇਹ ਕਹਿ ਰਿਹਾ ਵੀ ਠੋਸ ਨੀਤੀ ਚਾਹੀਦੀ ਹੈ, ਵੋਟਾਂ ਵਾਸਤੇ ਨਾ ਫੈਸਲੇ ਲੈਣ ਲੱਗ ਜਾਣ, ਕਿਉਂਕਿ ਅਗਰ ਅਸੀਂ ਇਹਨਾਂ ਦਾ 5 ਸਾਲ ਦਾ ਪਿਛੋਕੜ ਦੇਖੀਏ BJP ਸਰਕਾਰ ਦਾ, ਇਹਨਾਂ ਨੇ ਦੇਸ਼ ਦੇ ਹਿੱਤ 'ਚ ਫੈਸਲੇ ਨਹੀਂ ਲਏ, ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ, ਸੀਟਾਂ ਜਿੱਤਣ ਵਾਸਤੇ। ਅੱਜ ਸੀਟ ਜਿੱਤਣ ਦਾ ਮਸਲਾ ਨਹੀਂ, ਅੱਜ ਦੇਸ਼ ਬਚਾਉਣ ਦਾ ਮਸਲਾ ਹੈ। ਇਸ ਕਰਕੇ ਮੇਰੀ ਅਪੀਲ ਹੱਥ ਜੋੜ ਕੇ BJP ਦੇ ਹੁਕਮਰਾਨ ਨੂੰ, ਖਾਸ ਤੌਰ 'ਤੇ ਮੋਦੀ ਸਾਹਿਬ ਨੂੰ, ਮੋਦੀ ਸਾਹਿਬ ਅੱਜ ਦੇ ਦਿਨ ਕੁਰਸੀ ਦਾ ਲਾਲਚ ਛੱਡੋ ਅਤੇ ਦੇਸ਼ ਦੀ ਗੱਲ